ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਅੱਜ ਤੋਂ ਟ੍ਰੇਨ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਨਾਲ ਹੀ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਇਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ कोरोना महामारी विकार तकरीबन एक साल तो बंद पई अमृतसर दिल्ली शताब्दी एक्सप्रैस शनिवार पटरी तो फिर दौड़ना शुरू हो गई है रेलग्डी नंबर जीरो टू जीरो वन थ्री नवी दिल्ली शाम साढ़े चार बजे रवाना होएगी शाम अठ बज के सोलह बजे लुधियाना तीन मिनट रुक के रात साढ़े दस बजे अमृतसर पहुँचेगी उत्तरी रेलवे ने पंद्रह अप्रैल तो नवी दिल्ली अमृतसर नवी दिल्ली शताब्दी एक्सप्रैस ਸਪਤਾਹਿਕ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਵੀ ਐਲਾਨ ਕੀਤਾ ਤਾਂ ਜੋ ਸਵਰਨ ਸ਼ਤਾ ਬੰਦੀ ਦਾ ਪਾੜਾ ਪਰਿਆ ਜਾ ਸਕੇ ਮੌਜੂਦਾ ਸਮੇਂ ਸਵਰਨ ਸ਼ਤਾ ਬੰਦੀ ਐਕਸਪ੍ਰੈਸ ਵੀਰਵਾਰ ਨੂੰ ਛੱਡ ਕੇ ਹਫਤੇ ਦੇ ਬਾਕੀ ਸਾਰੇ ਦਿਨ ਇਸ ਸਮਾਂਕਤੇ ਚਲਦੀ ਹੈ ਦਿੱਲੀ ਅੰਮ੍ਰਿਤਸਰ ਸ਼ਤਾਬੰਦੀ ਵੀਰਵਾਰ ਨੂੰ ਸਵੇਰੇ 7:20 ਵਜੇ 20 ਮਿੰਟ ਦਿੱਲੀ ਤੋਂ ਰਵਾਨਾ ਹੋਏਗੀ ਤਾਂ ਦੁਪਹਿਰ 1:30 ਵਜੇ ਅੰਮ੍ਰਿਤਸਰ ਪਹੁੰਚੇਗੀ ਜਦੋਂ ਕਿ ਅੰਮ੍ਰਿਤਸਰ ਤੋਂ ਇਸਾਮ 4:50 ਮਿੰਟ ਤੇ ਇਹ ਵਾਪਸੀ ਦੀ ਸ਼ੁਰੂਆਤ ਕਰੇਗੀ ਤੇ ਰਾਤ 10:50 ਮਿੰਟ ਤੇ ਨਵੀਂ ਦਿੱਲੀ ਪਹੁੰਚੇਗੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ